ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਨੇ ਪੂਰੇ ਭਾਰਤ ਵਿੱਚ ਕਰਫਿਊ ਲਗਾਇਆ, ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਐਲਾਨ ਕੀਤਾ ਕਿ ਗੁਰੂ ਘਰ ਦੀਆਂ ਗੋਲਕਾਂ ਗਰੀਬਾਂ ਵਾਸਤੇ ਖੋਲ੍ਹ ਦਿੱਤੀਆਂ ਜਾਣ, ਕੋਈ ਵੀ ਗਰੀਬ ਭੁੱਖਾ ਨਾ ਸੋਵੇ। ਜਿਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਸਾਹਿਬ ਬਠਿੰਡਾ ਵੱਲੋਂ ਗਰੀਬ ਲੋਕਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਬਸਤੀਆਂ ਝੁੱਗੀ ਝੋਪੜੀਆਂ ਵਿੱਚ ਜਾ ਕੇ ਇਹ ਲੰਗਰ ਗਰੀਬਾਂ ਤੱਕ ਮੁਹੱਈਆ ਕਰਵਾਇਆ ਜਾ ਰਿਹਾ। ਇਹ ਜੋ ਮਹਾਮਾਰੀ ਕੋਰੋਨਾ ਵਾਇਰਸ ਭਿਆਨਕ ਬਿਮਾਰੀ ਫੈਲੀ ਹੈ, ਇਸ ਦੇ ਨਾਲ ਸਾਰੇ ਹੀ ਦੇਸ਼ਾਂ ਦੇ ਵਿੱਚ ਇੱਕ ਵਾਰੀ ਸਾਰਾ ਕੁਝ ਠੱਪ ਹੋ ਕੇ ਰਹਿ ਗਿਆ ਹੈ। ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਹੋਈ ਲੰਗਰ ਦੀ ਪ੍ਰਥਾ ਨੂੰ ਵੱਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਅਤੇ ਮਾਣਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ 'ਤੇ ਗੁਰਦੁਆਰਾ ਹਾਜੀ ਰਤਨ ਬਠਿੰਡਾ ਵੱਲੋਂ ਲੋੜਵੰਦ ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਲੋੜ ਹੈ, ਕੋਈ ਸਾਧਨ ਨਹੀਂ ਹੈ, ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਦਾ ਤਿਆਰ ਕਰਕੇ ਹਰ ਰੋਜ਼ ਹੀ 3 ਟਾਈਮ ਜਿੱਥੇ ਜਿੱਥੇ ਵੀ ਲੋੜਵੰਦ ਬੈਠੇ ਹਨ, ਗੁਰੂ ਘਰ ਤੋਂ ਸੇਵਾਦਾਰ ਸਾਡੇ ਮੀਤ ਮੈਨੇਜਰ ਗੁਰਤੇਜ ਸਿੰਘ ਅਤੇ ਹੋਰ ਸਾਰਾ ਸਟਾਫ ਜਿਹੜਾ ਹੈ ਲੈ ਕੇ ਇਹ ਪ੍ਰਸ਼ਾਦਾ ਜਾਂਦਾ ਹੈ, ਅਤੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਲੰਗਰ ਦੀ ਪ੍ਰਥਾ ਚਲਾਈ ਹੈ, ਅਤੇ ਅੱਜ ਉਹਨਾਂ ਦੀ ਚਲਾਈ ਹੋਈ ਲੰਗਰ ਦੀ ਪ੍ਰਥਾ ਦੇ ਸਦਕਾ ਜਿਹੜੇ ਲੋੜਵੰਦ ਹਨ, ਜਿਹੜੇ ਲੋੜਵੰਦ ਜਿਨ੍ਹਾਂ ਨੂੰ ਪ੍ਰਸ਼ਾਦਾ ਨਹੀਂ ਪ੍ਰਾਪਤ ਹੋ ਰਿਹਾ, ਉਹਨਾਂ ਦੀ ਪੇਟ ਦੀ ਪੂਰਤੀ ਵਾਸਤੇ ਅੱਜ ਭੁੱਖ ਦੀ ਨਿਵਰਤੀ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਇਹ ਥਰਮਲ ਪਲਾਂਟ ਦੇ ਪੁਲ ਦੇ ਹੇਠਾਂ ਜਿਹੜੀਆਂ ਝੁੱਗੀਆਂ ਹਨ, ਝੌਂਪੜੀਆਂ ਵਾਲੇ ਵਿਚਾਰੇ ਜਿਹੜੇ ਭੁੱਖ ਤੋਂ ਤਰਸੇ ਹੋਏ ਹਨ, ਉਹਨਾਂ ਨੂੰ ਪ੍ਰਸ਼ਾਦਾ ਵਰਤਾ ਰਹੇ ਹਾਂ, ਅਤੇ ਉਹ ਸ਼ੁਕਰ ਕਰਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵੀ ਜਿਨ੍ਹਾਂ ਦੇ ਦਰ ਤੋਂ ਆਇਆ ਪ੍ਰਸ਼ਾਦਾ ਉਹਨਾਂ ਦੀ ਪੇਟ ਦੀ ਪੂਰਤੀ ਵਾਸਤੇ, ਉਹਨਾਂ ਦੇ ਬੱਚਿਆਂ ਦੀ ਪੇਟ ਦੀ ਪੂਰਤੀ ਵਾਸਤੇ ਪ੍ਰਾਪਤ ਹੋ ਰਿਹਾ ਹੈ। ਅਸੀਂ ਪ੍ਰਸ਼ਾਸਨ ਦੇ ਵੀ ਅਤੇ ਅਜੀਤ ਅਖਬਾਰ ਦੇ ਅਤੇ ਜਿਹੜੇ ਸਾਡੇ ਸਤਿਕਾਰਯੋਗ ਇੱਥੋਂ ਦੇ ਪੱਤਰਕਾਰ ਹਨ, ਉਹਨਾਂ ਦੇ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਮਰ ਹੈ ਜੀ, ਅਮਰ ਰਾਮ। ਇੱਥੇ ਜੀ ਆਪਾਂ ਕੋਈ ਕੰਮ ਨਹੀਂ ਕਰ ਸਕਦੇ, ਨਾ ਕਿਤੇ ਜਾ ਸਕਦੇ, ਅਸੀਂ ਗਰੀਬ ਬੰਦੇ ਹੈਗੇ ਆ,
ਹੈ ਅਤੇ ਗੁਰਦੁਆਰੇ ਵਾਲੇ ਸਾਨੂੰ ਰੋਟੀ ਦੇ ਕੇ ਜਾ ਰਹੇ ਨੇ, ਅਸੀਂ ਤਾਂ ਕਿਤੇ ਜਾ ਨਹੀਂ ਸਕਦੇ। ਅਤੇ ਬਸਤੀਆਂ ਦੇ ਵਿੱਚ ਨਾਜ ਵੰਡਿਆ ਜਾ ਰਿਹਾ ਹੈਗਾ, ਹਰ ਪ੍ਰਕਾਰ ਦਾ ਨਾਜ ਸਾਡੇ ਆ ਪੁੜ ਥੱਲੇ ਕੋਈ ਵੰਡਣ ਨਹੀਂ ਆਇਆ ਹੈਗਾ। ਅਸੀਂ ਬਿਮਾਰ ਸ਼ਿਮਾਰ ਇੱਥੇ ਬੈਠੇ ਨੇ, ਇਹਨਾਂ ਦਵਾਈਆਂ ਦਾ ਪੈਸੇ ਨਹੀਂ ਹੈਗੇ, ਅਤੇ ਕੋਈ ਕੱਚਾ ਨਾਜ ਨਹੀਂ ਦੇ ਕੇ ਗਏ, ਕੋਈ ਚਾਹ ਪਾਣੀ ਦਾ ਪੈਸੇ ਕੋਈ ਨਹੀਂ ਦੇ ਕੇ ਗਿਆ। ਇਹ ਸਾਡੀ ਮਾੜੀ ਮੋਟੀ ਸੋਚੋ, ਅਤੇ ਆ ਗੁਰਦੁਆਰਾ ਵਾਲੇ ਵਿਚਾਰੇ ਇਹ ਸਾਨੂੰ ਰੋਟੀ ਪਾਣੀ ਦੇ ਜਾਂਦੇ, ਇਹਨਾਂ ਦਾ ਧੰਨਵਾਦ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਜੀ। ਸਾਡੇ ਬੱਚਿਆਂ ਨੂੰ ਰੋਟੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ, ਜਿਹੜਾ ਸਾਰੇ ਨੂੰ ਮਿਲ ਰਿਹਾ ਹੈਗਾ, ਸਾਰੀ ਬਸਤੀਆਂ ਦੇ ਵਿੱਚ ਮਿਲ ਰਿਹਾ ਹੈਗਾ, ਉਹ ਸਾਨੂੰ ਵੀ ਰਾਸ਼ਨ ਦੇ ਕੇ ਜਾਵੋ। ਅਤੇ ਦਵਾਈ ਦਵੂਈ ਦੇ ਪੈਸੇ ਵੀ ਚਾਹੀਦੇ ਹੁੰਦੇ ਨੇ ਕਈ ਗਰੀਬਾਂ ਨੂੰ, ਅਤੇ ਉਹ ਵੀ ਥੋੜ੍ਹਾ ਬਹੁਤਾ ਉਹ ਵੀ ਸਾਨੂੰ ਪਹੁੰਚਾਓ ਜੀ। ਗੁਰਬਾਣੀ ਅਖੰਡ ਬਣੀ ਵਾਸਤੇ ਬਠਿੰਡਾ ਤੋਂ AS ਕੈਂਪ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।